ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਅਤੇ ਅੱਜ ਇੱਕ ਬਹੁਤ ਜ਼ਰੂਰੀ ਟੋਪਿਕ 'ਤੇ ਗੱਲ ਕਰਾਂਗੇ ਕਿ ਇਟਲੀ ਦੇ ਵਿੱਚ ਕਿੰਨੀ ਕੁ ਸੈਲਰੀ ਆ, ਨਵੇਂ ਬੰਦਾ ਕਿੰਨੇ ਕੁ ਪੈਸੇ ਬਣਾ ਲੈਂਦਾ, ਪੁਰਾਣੇ ਬੰਦੇ ਦੀ ਕਿੰਨੀ ਕੁ ਸੈਲਰੀ ਆ, ਅਤੇ ਕਿਸ ਕੰਮ ਦੇ ਵਿੱਚ ਜ਼ਿਆਦਾ ਸੈਲਰੀ ਆ, ਕਿਸ ਕੰਮ ਦੇ ਵਿੱਚ ਘੱਟ ਸੈਲਰੀ ਆ, ਫੈਕਟਰੀ ਦੇ ਵਿੱਚ ਕਿੰਨੀ ਕੁ ਸੈਲਰੀ ਮਿਲਦੀ ਆ ਬੰਦੇ ਨੂੰ, ਅਤੇ ਜਿਹੜਾ ਬੰਦਾ ਖੇਤੀ ਦਾ ਕੰਮ ਕਰਦਾ ਉਹਨੂੰ ਕਿੰਨੇ ਕੁ ਪੈਸੇ ਮਿਲਦੇ ਆ, ਅਤੇ ਜਿਹੜਾ ਡੇਅਰੀ ਫਾਰਮ ਦੇ ਵਿੱਚ ਕਰਦਾ, ਸਤਾਲਾ ਕਹਿ ਦਿੰਦੇ ਇੱਥੇ ਡੇਅਰੀ ਫਾਰਮ ਨੂੰ, ਉਹਦੇ ਵਿੱਚ ਉਹਨੂੰ ਕਿੰਨੀ ਕੁ ਸੈਲਰੀ ਮਿਲਦੀ ਹੈ, ਅਤੇ ਕੰਮ 'ਤੇ ਕਿਹੜੇ ਬੰਦੇ ਲੱਗ ਸਕਦੇ, ਕਿਹੜੇ ਬੰਦਿਆਂ ਨੂੰ ਕੰਮ ਮਿਲਦਾ ਇੱਥੇ। ਅਤੇ ਅੱਜ ਆਪਾਂ ਗੱਲ ਕਰਾਂਗੇ ਇਸ ਟੋਪਿਕ 'ਤੇ, ਬਹੁਤ ਵਧੀਆ ਟੋਪਿਕ ਹੈ ਕਿਉਂਕਿ ਹਰ ਇੱਕ ਨੂੰ ਜਾਣਨ ਦੀ ਜ਼ਰੂਰਤ ਹੁੰਦੀ ਆ ਬਈ ਕਿ ਮੈਂ ਜਾਣਾਂ ਕਿ ਇਟਲੀ ਦੇਸ਼ ਦੇ ਵਿੱਚ ਕਿਹੜੇ ਕੰਮ ਦੇ ਵਿੱਚ ਕਿੰਨੇ ਕੁ ਪੈਸੇ ਬਣ ਜਾਂਦੇ ਆ। ਅਤੇ ਆਪਾਂ ਇਹ ਵੀ ਗੱਲ ਕਰਾਂਗੇ ਨਵੇਂ ਬੰਦਿਆਂ ਦੀ, ਪੁਰਾਣੇ ਬੰਦਿਆਂ ਦੀ ਕੀ ਡਿਫਰੈਂਸ ਆ, ਕਿੱਦਾਂ ਇੱਥੇ ਕਿਸ ਹਿਸਾਬ ਨਾਲ ਪੈਸੇ ਦਿੰਦੇ ਆ, ਘੰਟਿਆਂ ਦੇ ਵਿੱਚ ਪੈਸੇ ਦਿੰਦੇ ਆ ਜਾਂ ਆਵਰਸ ਦੇ ਪੈਸੇ ਦਿੰਦੇ ਆ ਜਾਂ ਦਿਹਾੜੀ ਦੇ ਉੱਕੇ ਮੁੱਕੇ ਪੈਸੇ ਦਿੰਦੇ ਆ। ਸਾਰੇ ਕੰਮ ਦੀ ਗੱਲ ਕਰਾਂਗੇ, ਇੱਕ ਰਾਜ ਮਿਸਤਰੀ ਦੇ ਚਾਰ ਪੰਜ ਕੰਮ ਦੀ ਆਪਾਂ ਮੇਨ ਗੱਲ ਕਰਾਂਗੇ ਜਿਹੜੇ ਇੱਥੇ ਜ਼ਿਆਦਾ ਚੱਲਦੇ ਆ। ਇੱਕ ਖੇਤੀ ਦਾ ਕੰਮ, ਫੈਕਟਰੀ ਦਾ ਕੰਮ, ਰਾਜ ਮਿਸਤਰੀ ਜਿਹੜੀ ਬਿਲਡਿੰਗ ਲਾਈਨ ਘਰਾਂ ਦੇ ਕੰਮ ਆ ਨਾ ਉਹਦਾ ਕੰਮ, ਅਤੇ ਉਸ ਤੋਂ ਬਾਅਦ ਪਬਲਿਸਿਟੀ ਦਾ ਕੰਮ ਕਰਦੇ ਜਿਹੜੇ ਵੀਰ ਉਹ, ਅਤੇ ਆਹੀ ਚਾਰ ਆ, ਜਾਂ ਡਿਲੀਵਰੀ ਆਪਾਂ ਕਹਿ ਦਿੰਦੇ ਜਿਹਨਾਂ ਨੂੰ, ਡਿਲੀਵਰੀ ਦੇ ਕਿੰਨਾ ਕੁ ਪੈਸਾ। ਅਤੇ ਬਾਕੀ ਕਾਰ ਮਕੈਨਿਕ ਦਾ ਮੈਂ ਸ਼ੁਰੂ ਕਰਾਂ, ਕਾਰ ਮਕੈਨਿਕ ਦੇ ਵੀ ਮੈਸੇਜ ਆਉਂਦੇ ਸੀ, ਕਮੈਂਟ ਆਉਂਦੇ ਸੀ ਵੀਰਾਂ ਦੇ, ਕਾਰ ਮਕੈਨਿਕ ਦਾ ਕੀ ਸਕੋਪ ਆ। ਵੀਰੋ, ਕਾਰ ਮਕੈਨਿਕ ਦਾ ਬਹੁਤ ਵਧੀਆ ਸਕੋਪ ਆ ਇੱਥੇ, ਬਸ ਇਹ ਆ ਕਿ ਤੁਹਾਨੂੰ ਇੱਕ ਲੈਂਗੁਏਜ ਆਉਣੀ ਚਾਹੀਦੀ ਆ, ਦੂਸਰੀ ਗੱਲ ਇਹ ਆ ਕਿ ਆਣ ਕੇ ਤੁਹਾਨੂੰ ਥੋੜ੍ਹੀ ਮਤਲਬ ਬੋਲੀ ਜ਼ਰੂਰੀ ਹੈ ਨਾ, ਲੈਂਗੁਏਜ ਤੁਹਾਨੂੰ ਮੈਂ ਦੱਸਾਂ। ਅਤੇ ਕੰਮ ਇੱਥੇ ਮਿਲ ਹੀ ਜਾਂਦਾ, ਕਾਰ ਮਕੈਨਿਕ ਦਾ ਸਕੋਪ ਬਹੁਤ ਆ, ਅਤੇ ਜੇ ਤੁਸੀਂ ਕਾਰਾਂ ਠੀਕ ਕਰਦੇ ਹੋ ਜਾਂ ਤੁਹਾਨੂੰ ਵਧੀਆ ਕੰਮ ਆਉਂਦਾ ਕਾਰ ਮਕੈਨਿਕ ਦਾ, ਬਹੁਤ ਵਧੀਆ ਸੈਲਰੀ ਆ, ਬੰਦਾ ਵਧੀਆ ਪੈਸੇ ਬਣਾ ਲੈਂਦਾ, 1500 ਤੋਂ ਲੈ ਕੇ 2000 € ਤੱਕ ਆਪਣਾ ਕਮਾ ਸਕਦਾ ਵਾ, ਆਪਣਾ ਪ੍ਰਾਈਵੇਟ ਕੰਮ ਕਰਕੇ ਵੀ, ਆਪਣਾ ਫੈਕਟਰੀ 'ਚ ਜੇ ਉਹ ਕਿਤੇ ਹੋਰ ਵੀ ਕੰਮ ਕਰਦਾ ਪਾਰਟ ਟਾਈਮ ਆਪਣਾ ਜੋਬ ਕਰਕੇ ਵਧੀਆ ਪੈਸੇ ਬਣਾ ਸਕਦਾ, ਕਹਿਣ ਦਾ ਮਤਲਬ ਕਾਰ ਮਕੈਨਿਕ ਦੇ। ਹੁਣ ਸਭ ਤੋਂ ਪਹਿਲਾਂ ਆਪਾਂ ਹੁਣ ਗੱਲ ਕਰਦੇ ਹਾਂ ਕਿ ਫੈਕਟਰੀ ਦੇ ਵਿੱਚ ਕਿੰਨੀ ਕੁ ਸੈਲਰੀ ਮਿਲਦੀ ਆ ਨਵੇਂ ਬੰਦਿਆਂ ਨੂੰ, ਪੁਰਾਣੇ ਬੰਦਿਆਂ ਨੂੰ। ਦੇਖੋ, ਪਹਿਲੀ ਗੱਲ ਇਹ ਆ ਕਿ ਆਪਾਂ ਨੂੰ ਇਹ ਜਾਣਨ ਦੀ ਲੋੜ ਆ ਕਿ ਫੈਕਟਰੀ ਦੇ ਵਿੱਚ ਕਿਹਨਾਂ ਬੰਦਿਆਂ ਨੂੰ ਕੰਮ ਮਿਲਦਾ। ਸਭ ਤੋਂ ਜਿਹੜੀ ਮੇਨ ਜ਼ਰੂਰੀ ਗੱਲ ਆ, ਤੁਸੀਂ ਇਟਲੀ ਦੇ ਵਿੱਚ ਕਿਤੇ ਵੀ ਕੰਮ ਕਰਦੇ ਹੋ ਅਤੇ ਜਿੱਦਾਂ ਫੈਕਟਰੀ ਜਾਂ ਪੱਕੇ ਕੰਮ ਆ ਜਿਹੜੇ ਫੈਕਟਰੀਆਂ ਦੇ ਵਿੱਚ, ਜਾਂ ਇਹ ਰਾਜ ਮਿਸਤਰੀ ਕਿਸੇ ਵੀ ਕਿਸੇ ਨਾਲ ਵੀ ਲੱਗਣਾ, ਜਾਂ ਡਿਲੀਵਰੀ ਦੇ ਲੱਗਣਾ ਤੁਸੀਂ, ਪੀਸਰੀਆ ਦੇ ਲੱਗਣਾ, ਜਾਂ ਕਿਤੇ ਵੀ ਪੀਜ਼ੇ ਵਾਲੇ ਦੇ ਨਾਲ ਲੱਗਣਾ ਡਿਲੀਵਰੀ ਦੇ, ਜਾਂ ਕਿਸੇ ਰੈਸਟੋਰੈਂਟ ਨਾਲ, ਤੁਹਾਡੇ ਕੋਲ ਪੇਪਰ ਹੋਣੇ ਬਹੁਤ ਜ਼ਰੂਰੀ ਆ। ਦੇਖੋ, ਜੇ ਤੁਹਾਡੇ ਕੋਲ ਪੇਪਰ ਆ ਫਿਰ ਹੀ ਤੁਸੀਂ ਫੈਕਟਰੀ ਦੇ ਵਿੱਚ ਕੰਮ ਕਰ ਸਕਦੇ ਹੋ, ਨਹੀਂ ਤਾਂ ਸਾਡੇ ਵਾਲੀ ਸਾਈਡ ਬਿਨਾਂ ਪੇਪਰਾਂ ਤੋਂ ਬਾਈ ਜੀ ਕੋਈ ਕੰਮ ਨਹੀਂ ਮਿਲਦਾ, ਬਹੁਤ ਘੱਟ ਕੰਮ ਆ ਬਿਨਾਂ ਪੇਪਰਾਂ ਤੋਂ। ਬਲਕਿ ਮੈਂ ਤਾਂ ਇਹ ਕਹੂੰਗਾ ਕਿ ਨਾ ਮਾਤਰ ਕੰਮ ਆ, ਉਹੀ ਬੰਦਾ ਲੱਗਦਾ ਕੰਮ 'ਤੇ ਜਿਹੜਾ ਕਿਸੇ ਦਾ ਰਿਸ਼ਤੇਦਾਰ ਆ ਜਾਂ ਕਿਤੇ ਖੇਤੀ ਖੂਤੀ 'ਤੇ ਮਾੜਾ ਮੋਟਾ ਇੱਧਰ ਉੱਧਰ ਲੋਕ ਛੋਕ ਕੇ, ਅਤੇ ਬਿਨਾਂ ਪੇਪਰਾਂ ਤੋਂ ਔਖਾ। ਹੁਣ ਜੇ ਫੈਕਟਰੀ 'ਚ ਆਪਾਂ ਸੈਲਰੀ ਦੀ ਗੱਲ ਕਰੀਏ ਅਤੇ ਬੰਦੇ ਦੀ ਸਟਾਰਟਿੰਗ ਹੋ ਜਾਂਦੀ ਆ 1300-1400 €, ਅਤੇ ਬੰਦਾ ਆਰਾਮ ਨਾਲ 1700-1800 € ਤੱਕ ਕਮਾ ਸਕਦਾ ਜਿਹੜਾ ਨਵਾਂ ਬੰਦਾ। ਬਾਕੀ ਡਿਪੈਂਡ ਕਰਦਾ ਤੁਹਾਡੀ ਫੈਕਟਰੀ ਦੇ ਵਿੱਚ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ। 8 ਘੰਟੇ ਕੰਮ ਕਰਕੇ 1300-1400 ਲੈ ਕੇ ਤੁਸੀਂ 1500-1600-1700 ਤੱਕ ਆਰਾਮ ਨਾਲ ਕਮਾ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੈ। ਬਸ ਇਹਦੇ ਵਿੱਚ ਇੱਕੋ ਹੀ ਚੀਜ਼ ਆ ਕਿ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਆ, ਹੈ ਨਾ, ਪੇਪਰ ਤੋਂ ਬਿਨਾਂ ਕੰਮ ਨਹੀਂ। ਬਾਕੀ ਕੰਮਾਂ ਦੇ ਹਾਲਾਤ ਮੈਂ ਮੌਜੂਦਾ ਜੇ ਮੈਂ ਗੱਲ ਕਰਾਂ ਇਟਲੀ ਦੇ ਵਿੱਚ ਕੰਮਾਂ ਦੇ ਹਾਲਾਤਾਂ ਦੀ, ਅਤੇ ਜਿਨ੍ਹਾਂ ਕੋਲ ਪੇਪਰ ਆ ਬਾਈ ਜੀ ਉਹਨਾਂ ਲਈ ਤਾਂ ਕੰਮ ਅੱਜ ਵੀ ਹੈ ਕੱਲ੍ਹ ਵੀ ਹੈ, ਚਲੋ ਅੱਜ ਨਹੀਂ ਲੱਭੂ ਹਫ਼ਤੇ ਨੂੰ ਲੱਭ ਜੂ, 2 ਹਫ਼ਤੇ ਨੂੰ ਲੱਭ ਜੂ, ਮਹੀਨੇ ਨੂੰ ਲੱਭ ਜੂ, ਲੱਭ ਜਾਂਦਾ ਕਿਤੇ ਨਾ ਕਿਤੇ, ਹੈ ਨਾ, ਹੱਥ ਦੌੜ ਭਾਜੀ ਕਰਕੇ ਜਾਂ ਮੰਨ ਲਓ ਕਿ ਕਿਤੇ ਨਾ ਕਿਤੇ ਬੰਦੇ ਦੇ ਕੋਲ ਹੈ ਕਿ ਲੱਗ ਸਕਦਾ। ਅਤੇ ਪਰ ਜਿਨ੍ਹਾਂ ਕੋਲ ਪੇਪਰ ਨਹੀਂ ਆ, ਵੀਰਾ ਜੀ ਗੁੱਸਾ ਨਾ ਕਰਿਓ, ਮੈਂ ਡੀਮੋਟੀਵੇਟ ਨਹੀਂ ਕਰਦਾ, ਉਹਨਾਂ ਦਾ ਬਹੁਤ ਔਖਾ, ਉਹਨਾਂ ਨੂੰ ਕੰਮ ਨਹੀਂ ਮਿਲਦਾ।
ਇੱਥੇ 9 ਮਹੀਨੇ ਵਾਲੇ ਪੇਪਰਾਂ 'ਤੇ ਬਹੁਤ ਵੀਰ ਆਏ ਹੋਏ ਆ, ਉਹਨਾਂ ਨੂੰ ਸੱਚੀ ਨਹੀਂ ਕੰਮ ਮਿਲ ਰਿਹਾ। ਆਪਾਂ ਦੋਵੇਂ ਪੱਖ ਲੈ ਕੇ ਚੱਲਾਂਗੇ, ਚੰਗਾ ਪੱਖ ਵੀ ਅਤੇ ਮਾੜਾ ਪੱਖ ਵੀ। ਚੰਗਾ ਪੱਖ ਇਹ ਆ ਕਿ ਤੁਹਾਡੇ ਕੋਲ ਪੇਪਰ ਹੁਣ ਕੰਮ ਨਹੀਂ ਤੁਹਾਡੇ ਕੋਲ ਮੁੱਕਦਾ, ਜੇ ਮਾੜਾ ਪੱਖ ਇਹ ਆ ਕਿ ਜੇ ਤੁਸੀਂ 9 ਮਹੀਨੇ ਵਾਲੇ ਪੇਪਰਾਂ 'ਤੇ ਆਏ ਹੋ ਜਾਂ ਸਰਕਸ ਵਾਲੇ ਪੇਪਰਾਂ 'ਤੇ ਆਏ ਹੋ, 2-4 ਮਹੀਨੇ ਤੁਹਾਡੇ ਕੋਲ ਪੇਪਰ ਨਹੀਂ ਆ, ਤਾਂ ਬਹੁਤ ਔਖਾ ਵੀਰ ਆ ਜੀ, ਸੱਚੀ ਗੱਲ ਆ। ਬਹੁਤ ਔਖਾ ਕੰਮ ਲੱਭਦਾ। ਕਿਹਨਾਂ ਨੂੰ ਕੰਮ ਲੱਭਦਾ? ਉਹਨਾਂ ਨੂੰ ਲੱਭਦਾ ਜਿਨ੍ਹਾਂ ਦਾ ਕੋਈ ਜਾਣ ਪਛਾਣ ਆ, ਅੱਗੇ ਪਿੱਛੇ ਕੰਮ 'ਤੇ ਲਵਾ ਦਿੰਦਾ, ਨਹੀਂ ਤਾਂ ਬਹੁਤ ਔਖਾ। ਅਤੇ ਉਹਨਾਂ ਨੂੰ ਸੈਲਰੀ ਕਿੰਨੀ ਕੁ ਮਿਲਦੀ ਆ, ਤੁਸੀਂ ਯਕੀਨ ਕਰਿਓ, ਕੋਈ ਵੀ ਕੰਮ 'ਤੇ ਚੱਲ ਜਾਣ, ਜੇ ਅੰਗੂਰਾਂ ਦੇ ਕੰਮ 'ਤੇ, ਇਹ ਖੇਤੀ ਦੇ ਕੰਮ 'ਤੇ ਚੱਲ ਜਾਣ ਨਾ, ਜਿਹੜਾ ਨਵਾਂ ਬੰਦਾ ਹੁੰਦਾ, ਇਹਦੀ ਮੈਂ ਸਾਰੀ ਗੱਲ ਤੁਹਾਨੂੰ ਹੁਣ ਇੱਥੇ, ਹੁਣ ਆਪਾਂ ਜਿਹੜਾ ਨਵਾਂ ਬੰਦਾ ਹੁੰਦਾ ਖੇਤੀ ਦੇ ਕੰਮ 'ਤੇ ਚੱਲ ਜਾਵੇ, ਕਿਸੇ ਵੀ ਕੰਮ 'ਤੇ ਚੱਲ ਜਾਵੇ, ਵੱਧ ਤੋਂ ਵੱਧ ਬਾਈ ਜੀ 800-900 ਹਜ਼ਾਰ ਰੁਪਈਆ ਉਹ ਬਣਦਾ ਕੱਚੇ ਬੰਦੇ ਦਾ। ਜੇ ਹੀ ਪੱਕਾ ਬੰਦਾ ਵਾ ਤਾਂ ਵਧੀਆ ਪੈਸੇ ਕਮਾ ਲੈਂਦਾ ਇਟਲੀ ਦੇ ਵਿੱਚ। ਜੇ ਆਪਾਂ ਖੇਤੀ ਦੇ ਲਾਈਨ ਦੇ ਵਿੱਚ ਪੱਕੇ ਬੰਦੇ ਦੀ ਗੱਲ ਕਰੀਏ, ਪੱਕਾ ਬੰਦਾ ਵੀ ਵਧੀਆ ਪੈਸੇ ਬਣਾ ਲੈਂਦਾ ਵਾ, ਘੱਟੋ ਘੱਟ ਨਹੀਂ ਤਾਂ ਖੇਤੀ ਦੇ ਕੰਮ 'ਚ ਵੀ ਉਹ 1400-1500 ਯੂਰੋ ਬਣਾ ਲੈਂਦਾ ਵਾ। ਸਾਡੇ ਵਾਲੀ ਸਾਈਡ ਖੇਤੀ ਦਾ ਕੰਮ ਜੋ ਕਰਦੇ ਆ ਪੱਕੇ ਵੀਰ ਆ, ਖੇਤੀ ਦਾ ਕੰਮ ਉਹੀ ਜ਼ਿਆਦਾ ਕਰਦੇ ਆ ਜਿਨ੍ਹਾਂ ਕੋਲ ਹਜੇ ਕੱਚੇ ਪੇਪਰ ਆ, ਹੈ ਨਾ, ਥੋੜ੍ਹਾ ਜਿਹੜਾ ਨਾ ਹਜੇ ਸੈੱਟ ਹੋਣਾ ਜਾਂ 9 ਮਹੀਨੇ ਵਾਲੇ ਪੇਪਰਾਂ 'ਤੇ ਆਉਂਦੇ, ਉਹ ਵੀਰ ਹੀ ਜ਼ਿਆਦਾ ਖੇਤੀ ਦਾ ਕੰਮ ਕਰਦੇ ਆ। ਨਹੀਂ ਤਾਂ ਜਿਹੜੇ ਇੱਥੇ ਹੁਣ ਪੁਰਾਣੇ ਹੋ ਗਏ ਆ, ਕਿਸੇ ਨੂੰ 8-10 ਸਾਲ ਹੋ ਗਏ ਆ, ਜਿੰਨੇ ਵੀ ਕਿਸੇ ਨੂੰ 5 ਸਾਲ ਹੋ ਗਏ ਆ, ਸਾਰੇ ਜਿਨ੍ਹਾਂ ਵੀਰਾਂ ਕੋਲ ਪੇਪਰ ਆ ਉਹ ਜ਼ਿਆਦਾਤਰ ਇਹ ਫੈਕਟਰੀਆਂ 'ਚ ਵਿੱਚ ਹੀ ਕੰਮ ਕਰਦੇ ਆ। ਅਤੇ ਦੂਸਰੀ ਗੱਲ, ਖੇਤੀ ਦੇ ਵਿੱਚ ਕੱਚੇ ਬੰਦੇ ਨੂੰ ਪੈਸੇ ਬਹੁਤ ਘੱਟ ਬਚਦੇ ਆ। ਜੇ ਹੀ ਪੱਕਾ ਹੋਵੇ ਤਾਂ ਕੁਛ ਗੌਰਮੈਂਟ ਵੱਲੋਂ ਵੀ ਪੈਸੇ ਆ ਜਾਂਦੇ, ਤੁਹਾਡਾ ਤਰਿਆ ਹੋਇਆ ਟੈਕਸ ਕੁਛ ਇੱਦਾਂ ਵਾਪਸ ਆਉਂਦਾ, 4-5 ਹਜ਼ਾਰ ਯੂਰੋ ਸਾਲ ਦਾ ਉਹ ਆ ਜਾਂਦਾ, ਅਤੇ ਤੁਸੀਂ 1000 ਕਹਿ ਰਹੋ ਤੁਹਾਨੂੰ 1000-1200 ਯੂਰੋ ਉੱਦਾਂ ਮਿਲੀ ਜਾਂਦਾ, ਹੈ ਨਾ, ਬਚੀ ਜਾਂਦਾ ਜਿੱਦਾਂ ਖੇਤੀ ਦਾ ਕੰਮ ਕਰਦੇ, ਤਾਂ ਉਹ ਵੀ 1400-1500 ਯੂਰੋ ਬਚਾ ਲੈਂਦਾ ਬਾਈ ਜੀ ਖੇਤੀ ਵਾਲੇ। ਜਿਹੜੇ ਪੇਪਰ ਵਾਲੇ ਬੰਦੇ ਆ 1500-1600 ਯੂਰੋ ਤੱਕ, 1700 ਯੂਰੋ ਤੱਕ ਉਹ ਵੀ ਪਹੁੰਚ ਜਾਂਦੇ ਆ। ਬਾਕੀ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕੁ ਘੰਟੇ ਕੰਮ ਕਰਦੇ ਹੋ। ਹੁਣ ਅਗਲੀ ਗੱਲ ਸੁਣਿਓ ਬਾਈ ਜੀ, ਹੁਣ ਮੈਂ ਬਿਲਡਿੰਗ ਲਾਈਨ ਦੀ ਕੰਮ 'ਚ ਗੱਲ ਦੱਸਾਂਗਾ, ਜਿੱਦਾਂ ਕੰਟਰਕਸ਼ਨ ਦਾ ਕੰਮ। ਕੰਟਰਕਸ਼ਨ ਦੇ ਕੰਮ ਦੇ ਵਿੱਚ, ਰਾਜ ਮਿਸਤਰੀ ਦੇ ਕੰਮ ਦੇ ਵਿੱਚ ਬਹੁਤ ਵਧੀਆ ਪੈਸਾ ਵਾ, ਅਤੇ ਕੰਮ ਵੀ ਵਾਧੂ ਮਿਲ ਜਾਂਦਾ। ਬਸ ਇਹ ਆ ਕਿ ਤੁਹਾਨੂੰ ਕੰਮ ਆਉਣਾ ਚਾਹੀਦਾ। ਦੂਸਰੀ ਗੱਲ, ਤੁਹਾਡੇ ਕੋਲ ਪੇਪਰ ਹੋਣ ਤਾਂ ਤੁਸੀਂ ਰਾਜ ਮਿਸਤਰੀ ਦੇ ਕੰਮ 'ਚ ਬਹੁਤ ਸੋਹਣੇ ਪੈਸੇ ਆ, 2000-1000 ਯੂਰੋ ਆਰਾਮ ਨਾਲ ਬਣਾ ਸਕਦੇ ਹੋ। ਜਿਹੜੇ ਇੱਥੇ ਪੁਰਾਣੇ ਵੀਰ ਰਾਜ ਮਿਸਤਰੀ ਦਾ ਕੰਮ ਕਰਦੇ ਆ, ਅਤੇ ਉਹ ਬਹੁਤ ਵਧੀਆ 2-2 ਹਜ਼ਾਰ, 2500-2500, 3-3 ਹਜ਼ਾਰ ਵੀ ਕੰਮ ਇਹ ਪੈਸੇ ਕਮਾ ਲੈਂਦੇ ਆ ਰਾਜ ਮਿਸਤਰੀ ਦੇ ਕੰਮ 'ਚ। ਕੰਮ ਕੀ ਆ, ਘਰ ਨੂੰ ਇਹ ਪਲਸਤਰ ਕਰਨਾ ਜਾਂ ਘਰ ਦੀ ਰਿਪੇਅਰ ਕਰ ਦੇਣੀ ਆ, ਜਾਂ ਟਾਈਲਾਂ ਲਾ ਦੇਣੀਆਂ ਜਾਂ ਬਾਥਰੂਮ ਤਿਆਰ ਕਰ ਦੇਣਾ, ਅਤੇ ਇਹੀ ਕੰਮ ਆ ਜਿਹੜਾ ਆਪਣੀ ਇਹਦੇ ਲਾਈਨ ਦੇ ਵਿੱਚ। ਜੇ ਬਿਜਲੀ ਦਾ ਕੰਮ ਕਹਿ ਦਈਏ, ਇਹਦੇ ਵਿੱਚ ਹੀ ਬਿਜਲੀ ਦੇ ਵਿੱਚ ਵੀ ਸੋਹਣੇ ਪੈਸੇ ਆ। ਜੇ ਤੁਹਾਡੇ ਕੋਲ ਕੰਮ ਆਉਂਦਾ, ਤੁਹਾਨੂੰ ਤੁਹਾਡੇ ਕੋਲ ਪੇਪਰ ਆ, ਤਾਂ ਮਿਲ ਹੀ ਜਾਂਦਾ ਬਿਜਲੀ ਦਾ ਕੰਮ ਵੀ। ਇਹ ਆ ਕਿ ਤੁਹਾਡਾ ਸਿੱਖਿਆ ਹੋਇਆ ਕੰਮ ਕਿਤੇ ਵੀ ਨਹੀਂ ਜਾਂਦਾ, ਉਸ ਤੋਂ ਤੁਸੀਂ ਬਹੁਤ ਫਾਇਦਾ ਲੈ ਸਕਦੇ ਹੋ ਇਟਲੀ ਦੇ ਵਿੱਚ। ਸਾਡੇ ਇੱਥੇ ਜ਼ਿਆਦਾਤਰ ਇੱਦਾਂ ਕਰਦੇ ਆ ਕਿ 8 ਘੰਟੇ ਆਪਣਾ ਫੈਕਟਰੀ ਦੇ ਕੰਮ ਪੱਕਾ ਕਰਦੇ ਆ, ਅਤੇ 2-3 ਘੰਟੇ ਸਾਈਡ 'ਤੇ ਪਾਰਟ ਟਾਈਮ ਕਰ ਲੈਂਦੇ ਆ, ਚਾਹੇ ਬਿਜਲੀ ਦਾ ਆਉਂਦਾ, ਚਾਹੇ ਪਲੰਬਰ ਦਾ ਆਉਂਦਾ, ਚਾਹੇ ਜਿਹੜਾ ਵੀ ਆਉਂਦਾ, ਉਹ ਪਾਰਟ ਟਾਈਮ ਆਪਣਾ ਕਰ ਲੈਂਦੇ ਆ। ਅਤੇ ਜੇ ਆਪਾਂ ਗੱਲ ਕਰੀਏ ਹੁਣ ਇਹ ਪਬਲਿਸਿਟੀ ਦੀ, ਕਿ ਜਿਹੜੇ ਆਪਣੇ ਇੱਥੇ ਆਪਾਂ ਕਹਿ ਦਈਏ ਪਬਲਿਸਿਟੀ ਕਰਦੇ, ਜਿੱਦਾਂ ਅਖਬਾਰਾਂ ਵੰਡਦੇ, ਹੈ ਨਾ, ਅਖਬਾਰਾਂ ਵੰਡਣ ਦਾ ਕੰਮ, ਉਹ 'ਚ ਯਾਰ ਪੈਸਾ ਨਹੀਂ ਆਇਆ ਇੱਥੇ। ਉਹਦੇ ਵਿੱਚ ਬਹੁਤ ਵੀਰ ਭਰਾ ਲੱਗੇ ਹੋਏ ਆ, 35-40 ਯੂਰੋ ਦਿਹਾੜੀ ਆ, ਦਿਹਾੜੀ ਦੇ ਹਿਸਾਬ ਨਾਲ ਦਿੰਦੇ ਆ ਉਹ 'ਚ ਕੰਮ ਤੁਹਾਡੇ ਤੋਂ 12-13 ਘੰਟੇ, ਚਲੋ ਜ਼ਿਆਦਾ ਹੋ ਗਿਆ ਸੋਰੀ, ਮਤਲਬ 10-10 ਘੰਟੇ, 9-9 ਘੰਟੇ, 10-10 ਘੰਟੇ, 11-11 ਘੰਟੇ ਵੀ ਕੰਮ ਲੈ ਲੈਂਦੇ ਆ, ਅਤੇ ਉਹ 'ਚ ਪੈਸੇ ਨਹੀਂ ਹੈ, 40-45 ਯੂਰੋ ਮਿਲਦੇ ਆ ਦਿਹਾੜੀ ਦੇ। ਅਤੇ ਜੇ ਆਪਾਂ ਡਿਲੀਵਰੀ ਦੀ ਗੱਲ ਕਰੀਏ, ਡਿਲੀਵਰੀ ਦਾ ਕੰਮ ਵੀ ਇੱਥੇ ਬਹੁਤ ਘੱਟ ਕਰਦੇ ਆ ਵੀਰ, ਕਿਉਂਕਿ ਉਹ 'ਚ ਵੀ ਕੋਈ ਵਧੀਆ ਪੈਸਾ ਨਹੀਂ ਹੈਗਾ, ਉਹ ਵੀ ਕੋਈ ਕਰਦਾ ਵਾ, ਪਾਰਟ ਟਾਈਮ ਕਰ ਲੈਂਦਾ ਵਾ ਡਿਲੀਵਰੀ ਦਾ ਕੰਮ, ਉਹਦੇ ਵਿੱਚ ਵੀ ਕੋਈ ਖਾਸ ਪੈਸੇ ਨਹੀਂ ਆ ਮੇਰੇ ਭਰਾ। ਅਤੇ ਇਸ ਗੱਲ ਕਰਕੇ ਇੱਥੇ ਜਿਸ ਨੌਰਥ ਸਾਈਡ ਆ ਮੈਂ ਰਹਿੰਦਾ ਇਟਲੀ ਦੇ ਵਿੱਚ, ਇੱਥੇ ਜ਼ਿਆਦਾਤਰ
ਇਹ ਫੈਕਟਰੀਆਂ ਦੇ ਕੰਮ 'ਚ ਸੋਹਣੇ ਪੈਸੇ ਆ, ਜਾਂ ਜਿਹੜੇ ਬੰਦੇ ਨੂੰ ਆਪਣਾ ਕੰਮ ਆਉਂਦਾ, ਕੋਈ ਸਕਿੱਲ ਆਉਂਦੀ ਹੈ, ਚਾਹੇ ਬਿਲਡਿੰਗ ਦਾ ਆਉਂਦਾ, ਚਾਹੇ ਟਾਈਲਾਂ ਲਾਉਣੀਆਂ ਆਉਂਦੀਆਂ, ਚਾਹੇ ਗੱਡੀ ਕਾਰ ਮਕੈਨਿਕ, ਚਾਹੇ ਵੈਲਡਿੰਗ ਦਾ ਕੰਮ, ਵੈਲਡਿੰਗ ਦੇ ਕੰਮ 'ਚ ਵੀ ਬਹੁਤ ਵਧੀਆ ਪੈਸਾ ਵਾ। ਬਸ ਮੈਂ ਇਹ ਕਹਾਂਗਾ, ਜਿਹੜਾ ਕੋਈ ਨਵਾਂ ਵੀਰ ਆ ਆਉਣ ਦਾ ਚਾਹਵਾਨ, ਉਹ ਆਪਣਾ ਕੋਈ ਕੰਮ ਵਧੀਆ ਜਿਹਾ ਸਿੱਖ ਆਓ, ਤੁਸੀਂ ਕਦੇ ਮਾਰ ਨਹੀਂ ਖਾਂਦੇ, ਤੁਸੀਂ ਆਉਂਦੇ ਸੈੱਟ ਹੋ ਜਾਓਗੇ। ਇੱਥੇ ਕੱਚੇ ਬੰਦੇ ਨੂੰ ਵੀ, ਜੇ ਤੁਹਾਡੇ ਕੋਲ ਸਕੂਪ ਆ ਕੋਈ, ਤੁਹਾਡੇ ਕੋਲ ਸਕਿੱਲ ਆ, ਤਾਂ ਕੱਚੇ ਬੰਦੇ ਨੂੰ ਵੀ ਕੰਮ ਮਿਲ ਜਾਂਦਾ, ਕੋਈ ਵੱਡੀ ਗੱਲ ਨਹੀਂ ਆ, ਹੈ ਨਾ। ਅਤੇ ਇਸ ਗੱਲ ਕਰਕੇ ਆਓ ਜੀ, ਸੱਦ ਕੇ ਆਓ, ਵੈਲਕਮ ਆ ਸਾਰਿਆਂ ਦਾ ਬਾਈ ਜੀ। ਅਤੇ ਇਹ ਆ ਇੱਥੇ ਦੀ ਸੈਲਰੀ ਦਾ ਹਿਸਾਬ ਕਿਤਾਬ, ਜਿੰਨਾ ਕੁ ਮੈਨੂੰ ਪਤਾ, ਜਿੰਨੀ ਕੁ ਨੌਲੇਜ ਆ ਉਨੀ ਕੁ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਅਤੇ ਬਹੁਤ ਵੀਰ ਵੀਡੀਓ ਦੇਖ ਲੈਂਦੇ ਆ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਧੰਨਵਾਦ ਜੀ।